ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਹੁਣ ਉਹਨਾਂ ਨੂੰ ਰਾਹਤ ਨਹੀਂ ਮਿਲੀ ਹੈ, ਜੇਲ੍ਹ ਦੇ ਵਿੱਚ ਹੀ ਰਹਿਣਗੇ ਅਰਵਿੰਦ ਕੇਜਰੀਵਾਲ। ਤਾਂ ਕੋਰਟ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ, ਹਾਲਾਂਕਿ ਇਸ ਤੋਂ ਬਾਅਦ ਅਗਲੇਰੀ ਕਾਰਵਾਈ ਵੀ ਹੋਵੇਗੀ ਕੁਝ ਹੀ ਦਿਨਾਂ ਦੇ ਅੰਦਰ, ਪਰ ਫਿਲਹਾਲ ਅਰਵਿੰਦ ਕੇਜਰੀਵਾਲ ਨੂੰ ਕੋਈ ਵੀ ਰਾਹਤ ਇਸ ਕੇਸ ਦੇ ਵਿੱਚ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਹੈ। ਇਸ ਮੁਤਾਬਿਕ ਉਹ ਜੇਲ੍ਹ ਦੇ ਵਿੱਚ ਹੀ ਫਿਲਹਾਲ ਬੰਦ ਰਹਿਣਗੇ। ਲਗਾਤਾਰ ਇੱਕ ਤੋਂ ਬਾਅਦ ਇੱਕ ਕਾਰਵਾਈ ਜਿਹੜੀ ਹੈ, ਸੁਣਵਾਈ ਵੀ ਇਸ ਕੇਸ ਦੇ ਵਿੱਚ ਹੋ ਰਹੀ ਸੀ, ਤਾਂ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ ਟ੍ਰਾਇਲ ਕੋਰਟ ਨੇ ਦਸਤਾਵੇਜ਼ ਦੀ ਜਾਂਚ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ। ਅਜਿਹੀ ਗੱਲ ਕੋਰਟ ਦੇ ਵਿੱਚ ਕਹੀ ਗਈ ਤੇ ਸੁਪਰੀਮ ਕੋਰਟ ਭਲਕੇ ਇਸ ਤੇ ਸੁਣਵਾਈ ਕਰੇਗੀ। ਤਾਂ ਦਿੱਲੀ ਦੇ ਵਿੱਚ ਹਾਈ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਤਾਂ ਈਡੀ ਦੀ ਜ਼ਮਾਨਤ ਰੱਦ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਰੋਕ ਲਗਾ ਦਿੱਤੀ ਗਈ ਹੈ। ਜਸਟਿਸ ਸੁਧੀਰ ਕੁਮਾਰ ਜੈਨ ਦੀ ਸਿੰਗਲ ਬੈਂਚ ਨੇ ਫੈਸਲਾ ਸੁਣਾਇਆ। ਦਿੱਲੀ ਹਾਈ ਕੋਰਟ 20 ਜੂਨ ਨੂੰ ਹੇਠਲੀ ਅਦਾਲਤ ਦੇ ਵੱਲੋਂ ਦਿੱਤੇ ਜ਼ਮਾਨਤ ਦੇ ਫੈਸਲੇ ਵਿਰੁੱਧ ਦਾਇਰ ਈਡੀ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ। ਤਾਂ 21 ਜੂਨ ਨੂੰ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ ਤੇ ਅੰਤਰੀਮ ਰੋਕ ਲਗਾ ਦਿੱਤੀ ਹੈ, ਭਾਵ ਉਹ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ। ਤਾਂ ਹਾਈ ਕੋਰਟ ਦਾ ਇਹ ਫੈਸਲਾ ਦਿੱਲੀ ਸ਼ਰਾਬ ਘੁਟਾਲਾ ਮਾਮਲਾ ਸੀ, ਜਿਸ ਤੋਂ ਚੱਲਦਿਆਂ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜਾ ਸੁਣਵਾਈ ਹੋ ਰਹੀ ਸੀ ਇਸ ਕੇਸ ਦੇ ਵਿੱਚ। ਤਾਂ ਹੁਣ ਜੋ ਈਡੀ ਦੀ ਜ਼ਮਾਨਤ ਰੱਦ ਕਰਨ ਦੇ ਵਿਰੁੱਧ ਦਾਇਰ ਜੋ ਪਟੀਸ਼ਨ ਕੀਤੀ ਗਈ ਸੀ ਦਰਜ, ਤਾਂ ਉਸਦੇ ਵਿੱਚ ਸੁਣਵਾਈ ਚੱਲ ਰਹੀ ਸੀ, ਤਾਂ ਰੋਕ ਲਗਾ ਦਿੱਤੀ ਗਈ ਹੈ। ਜਸਟਿਸ ਸੁਧੀਰ ਕੁਮਾਰ ਜੈਨ ਦੇ ਵੱਲੋਂ ਜੋ ਬੈਂਚ ਹੈ ਉਹਨਾਂ ਦੇ ਵੱਲੋਂ ਇਹ ਫੈਸਲਾ ਸੁਣਾਇਆ ਜਾਂਦਾ, ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਇਸੇ ਕੇਸ ਦੇ ਵਿੱਚ ਕੋਈ ਵੀ ਰਾਹਤ ਜਿਹੜੀ ਹੈ ਨਹੀਂ ਮਿਲ ਰਹੀ ਹੈ। ਤਾਂ ਅਦਾਲਤ ਨੂੰ ਜ਼ਮਾਨਤ ਅਰਜ਼ੀ ਤੇ ਬਹਿਸ ਕਰਨ ਦੇ ਲਈ ਈਡੀ ਨੂੰ ਢੁਕਵਾਂ ਮੌਕਾ ਦੇਣਾ ਚਾਹੀਦਾ ਹੈ, ਅਜਿਹੀ ਗੱਲ ਵੀ ਕਹੀ ਉਹਨਾਂ ਨੇ। ਤਾਂ 20 ਜੂਨ ਨੂੰ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਜਾਣੀ ਸੀ, ਪਰ ਹਾਈ ਕੋਰਟ ਨੇ ਇਸ ਉੱਤੇ ਪੂਰੀ ਤਰੀਕੇ ਨਾਲ ਰੋਕ ਲਗਾ ਦਿੱਤੀ ਹੈ। ਤਾਂ ਮਾਮਲੇ ਦੀ ਸੁਣਵਾਈ ਹਾਲਾਂਕਿ ਕੱਲ੍ਹ ਹੋਵੇਗੀ, ਸੁਪਰੀਮ ਕੋਰਟ ਕੀ ਕਹਿੰਦੀ ਹੈ ਇਸ ਦੇ ਉੱਤੇ, ਇਹ ਕੱਲ੍ਹ ਇਸ ਉੱਤੇ ਫੈਸਲਾ ਜਿਹੜਾ ਸਾਫ਼ ਹੋ ਜਾਵੇਗਾ। ਪਰ ਈਡੀ ਦੇ ਵਕੀਲ ਨੇ ਜੋ ਦਲੀਲਾਂ ਪੇਸ਼ ਕੀਤੀਆਂ ਉਸ ਮੁਤਾਬਕ ਹੇਠਲੀ ਅਦਾਲਤ ਦੀ ਛੋਟੀ ਵਾਲੀ ਜੋ ਬੈਂਚ ਹੈ ਉਸਦੇ ਸਾਹਮਣੇ ਜੋ ਵੀ ਮਹੱਤਵਪੂਰਨ ਦਸਤਾਵੇਜ਼ ਸੀ ਉਹ ਰੱਖੇ ਗਏ ਸੀ, ਪਰ ਧਿਆਨ ਦੇ ਨਾਲ ਉਹ ਦਸਤਾਵੇਜ਼ ਨੂੰ ਨਹੀਂ ਪੜਿਆ ਗਿਆ, ਜਾਂ ਫਿਰ ਸਾਰੇ ਦਸਤਾਵੇਜ਼ ਜਿਹੜੇ ਨੇ ਉਹ ਸਬਮਿਟ ਨਹੀਂ ਸੀ ਕੀਤੇ ਗਏ। ਤਾਂ ਅਜਿਹੀ ਗੱਲ ਜਿਹੜੀ ਹੈ ਉਹ ਕੋਰਟ ਦੇ ਵਿੱਚ ਦਲੀਲਾਂ ਦਿੰਦੇ ਹੋਏ ਪੇਸ਼ ਕੀਤੀ ਜਾਂਦੀ ਹੈ। ਔਰ ਇਹ ਬਹੁਤ ਚਰਚਿਤ ਕੇਸ ਸੀ ਦਿੱਲੀ ਸ਼ਰਾਬ ਘਟਾਲ ਮਾਮਲੇ ਦੇ ਹੀ ਚੱਲਦੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਬੰਦ ਸੀ, ਤਾਂ ਉਸਦੇ ਮੱਦੇਨਜ਼ਰ ਰੱਖਦੇ ਹੋਏ ਹੀ ਇੱਕ ਪਟੀਸ਼ਨ ਜਿਹੜੀ ਹੈ ਬੀਤੇ ਦਿਨ ਪਾਈ ਜਾਂਦੀ ਹੈ, ਜਿਸ ਤੋਂ ਬਾਅਦ ਉਸ ਉੱਤੇ ਬਹਿਸ ਹੁੰਦੀ ਹੈ। ਤਾਂ ਫਿਲਹਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਹਤ ਨਹੀਂ ਹੈ ਅਤੇ ਉਹ ਬਾਹਰ ਜੇਲ੍ਹ ਤੋਂ ਫਿਲਹਾਲ ਦੇ ਲਈ ਨਹੀਂ ਆਉਣਗੇ।